ਗੁਰੂ ਸਾਹਿਬ ਦਾ ਲੰਗਰ ਆ, 20 ਰੁਪਏ ਦਾ ਲੰਗਰ ਬਾਬਾ ਨਾਨਕ ਜੀ ਨੇ ਚਲਾਇਆ ਤਾ, ਇਹ ਤਾਂ ਕਦੇ ਘਾਟ ਨਹੀਂ ਕੋਈ ਲੰਗਰ। SGPC ਦੇ ਮੈਂਬਰ ਹੈ, ਉਹਨਾਂ ਨੂੰ ਪਹਿਲੇ ਸਰਕਾਰ ਤੱਕ ਨਾ ਦੇ, ਲੰਗਰ ਤਾਂ ਬਹੁਤ ਆਉਂਦੇ ਜੀ ਇੱਥੇ, ਲੇਕਿਨ SGPC ਦਾ ਐਡਾ ਕੋਈ ਸਹਿਯੋਗ ਨਹੀਂ ਹੁੰਦਾ ਸਾਨੂੰ ਇੱਥੇ, ਕਿ ਇੱਕ ਤਾਂ ਸੰਗਤ ਨੂੰ ਬਾਥਰੂਮਾਂ ਦੀ ਬਹੁਤ ਜ਼ਿਆਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸਾਧ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ, ਬੇਅੰਤ ਵਧਾਈਆਂ। ਅੱਜ ਗੁਰੂ ਕੇ ਲੰਗਰ ਦੇ ਵਿੱਚ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ 13 ਰੁਪਏ ਦਾ ਲੰਗਰ ਚੱਲ ਰਿਹਾ, 20 ਰੁਪਏ ਦਾ, 13-13 ਕਰਕੇ ਮਹਾਰਾਜ ਦੀ ਕਿਰਪਾ ਨਾਲ ਚੀਜ਼ ਚਿੱਲੀ, ਮਨਚੂਰੀਅਨ, ਮਕਰੋਨੀ, ਪਾਸਤਾ, ਮਸ਼ਰੂਮ ਚਿੱਲੀ, ਚੀਜ਼ ਚਿੱਲੀ, ਟਿੱਕੀਆਂ, ਭਾਂਤ ਭਾਂਤ ਦੇ ਪਕਵਾਨ ਪੱਕੇ ਮਹਾਰਾਜ ਦੀ ਕਿਰਪਾ ਨਾਲ। ਔਰ ਸੰਗਤਾਂ ਦਾ ਭਾਰੀ ਉਤਸ਼ਾਹ, ਬਹੁਤ ਠਾਠਾ ਮਾਰਦਾ ਇਕੱਠ ਹੈ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਇਸ ਨਗਰ ਦੇ ਵਿੱਚ ਆਇਆ ਕਰੋ। ਮਹਾਰਾਜ ਨੇ ਲਾਹੌਰ ਵਸਾਇਆ, ਵਾਕਈ ਲਾਹੌਰ ਹੈ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦਾ ਲੰਗਰ ਆ, 20 ਰੁਪਏ ਦਾ ਲੰਗਰ ਬਾਬਾ ਨਾਨਕ ਜੀ ਨੇ ਚਲਾਇਆ ਤਾ, ਇਹ ਤਾਂ ਕਦੇ ਘਾਟ ਨਹੀਂ ਕੋਈ ਲੰਗਰ ਤਿਉਹਾਰ ਆਈ ਜੀ ਸਰ। ਠੀਕ, ਇਹ ਤਾਂ ਜੀ
ਜਿਸ ਤਰ੍ਹਾਂ ਸਾਡੇ ਐਸ ਜੀ ਪੀ ਸੀ ਦੇ ਮੈਂਬਰ ਹੈ ਉਹਨਾਂ ਨੂੰ ਪਹਿਲੇ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਗੁਰੂ ਸਾਹਿਬ ਦਾ ਵਿਆਹ ਪੁਰਬ ਜੋ ਹੈ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਵੇ। ਕਿਉਂਕਿ ਅਗਰ ਐਸ ਜੀ ਪੀ ਸੀ ਤੋਂ ਇੱਕ ਲੈਟਰ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਜ਼ਰੂਰ ਉਹ ਉਸ ਗੱਲ ਨੂੰ ਸੁਣਦੇ ਆ। ਉਹ ਦੋ ਦਿਨ ਵਾਸਤੇ ਜਿਹੜਾ ਟੋਲ ਪਲਾਜ਼ਾ ਵੀ ਬੰਦ ਕੀਤਾ ਜਾਂਦਾ ਹਰ ਹਮੇਸ਼ਾ ਇੱਦਾਂ ਹੁੰਦਾ। ਅੰਮ੍ਰਿਤਸਰ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਜੀ, ਨਾਲ ਐਸ ਜੀ ਪੀ ਸੀ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਜੀ ਕਿ ਤਾਂ ਕਿ ਇੱਥੇ ਬੜੇ ਧੂਮਧਾਮ ਦੇ ਨਾਲ ਐਸ ਜੀ ਪੀ ਸੀ ਦਾ ਵੀ ਸਹਿਯੋਗ ਚਾਹੀਦਾ। ਕਿਉਂ ਸੰਗਤਾਂ ਦਾ ਪਿੰਡਾਂ ਦੇ ਲੰਗਰ ਤਾਂ ਬਹੁਤ ਆਉਂਦੇ ਜੀ ਇੱਥੇ, ਲੇਕਿਨ ਐਸ ਜੀ ਪੀ ਸੀ ਦਾ ਐਡਾ ਕੋਈ ਸਹਿਯੋਗ ਨਹੀਂ ਹੁੰਦਾ ਸਾਨੂੰ ਇੱਥੇ ਕਿ ਇੱਕ ਤਾਂ ਸੰਗਤ ਨੂੰ ਬਾਥਰੂਮਾਂ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ। ਸਭ ਤੋਂ ਬੜੀ ਐਸ ਜੀ ਪੀ ਸੀ ਇਸ ਕੰਮ ਨੂੰ ਪਹਿਲੇ ਦਰਜੇ 'ਤੇ ਅਗਰ ਕੀਤਾ ਜਾਵੇ, ਸੰਗਤ ਨੂੰ ਲੰਗਰ ਤਾਂ ਬਹੁਤ ਹੈ ਜੀ ਪਰ ਸੰਗਤ ਨੂੰ ਬਾਥਰੂਮਾਂ ਦੀ ਬਹੁਤ ਦਿੱਕਤ ਆਉਂਦੀ ਹੈ ਜੀ। ਇੱਕ ਦੂਸਰਾ ਹਿਮਾਚਲ ਸਰਕਾਰ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਇੱਥੇ ਪਾਰਕਿੰਗ ਦੀ ਬਹੁਤ ਸੰਗਤ ਨੂੰ ਮੁਸ਼ਕਲ ਆ ਰਹੀ ਹੈ ਜੀ। ਕਿਤੇ ਥੋੜ੍ਹੀ ਜਗ੍ਹਾ ਲੈ ਕੇ ਸਿਰਫ ਵਿਆਹ ਪੁਰਬ ਦੇ ਮੌਕੇ ਅਤੇ ਹੋਲੇ ਮਹੱਲੇ ਦੇ ਉੱਤੇ ਕਿਤੇ ਪਾਰਕਿੰਗ ਦਾ ਬੰਦੋਬਸਤ ਕੀਤਾ ਜਾਵੇ ਤਾਂ ਸਭ ਤੋਂ ਇੱਕ ਹਿਮਾਚਲ ਸਰਕਾਰ ਦੇ ਵੀ ਬੱਲੇ ਬੱਲੇ ਹੋਊਗੀ ਜੀ ਔਰ ਗੁਰੂ ਸਾਹਿਬ ਦੇ ਵਿਆਹ ਪੁਰਬ ਦੀ ਵੀ ਸੰਗਤਾਂ ਨੂੰ ਬੜੇ ਖੁਸ਼ੀ ਧੂਮਧਾਮ ਦੇ ਨਾਲ ਮਨਾਇਆ ਜਾ ਸਕਦਾ। ਹਿਮਾਚਲ ਪ੍ਰਸ਼ਾਸਨ ਦਾ ਜੀ ਪ੍ਰਬੰਧ ਆਪਣੇ ਵੱਲ ਤਾਂ ਠੀਕ ਕਰਦੇ ਆ ਜੀ, ਉਹ ਫੋਰਸ ਲਗਾਉਂਦੇ ਆ ਉਹਨਾਂ ਦਾ, ਕਿਉਂਕਿ ਉਹਨਾਂ ਨੂੰ ਆਮਦਨ ਤਾਂ ਕਿਸੇ ਪਾਸੇ ਤਾਂ ਹੁੰਦੀ ਨਹੀਂ ਹੈ। ਹਿਮਾਚਲ ਸਰਕਾਰ ਨੂੰ ਆਮਦਨ ਤਾਂ ਜੋ ਹੈ ਸਾਰੀ ਐਸ ਜੀ ਪੀ ਸੀ ਲੈ ਕੇ ਜਾਂਦੀ ਹੈ ਜੀ ਇੱਥੇ ਦੀ, ਲੇਕਿਨ ਖਰਚਾ ਕੁਛ ਨਹੀਂ ਹੁੰਦਾ। ਹਿਮਾਚਲ ਸਰਕਾਰ ਦਾ ਤਾਂ ਇੰਨਾ ਬੜਾ ਸਹਿਯੋਗ ਹੈ ਜੀ ਕਿ ਜਿਹੜਾ ਇੱਥੇ ਪ੍ਰਸ਼ਾਸਨ ਆਪਣਾ ਪੂਰਾ ਸਹਿਯੋਗ ਦਿੰਦਾ ਜੀ ਇੱਥੇ। ਐਸ ਪੀ ਸੀ ਨੂੰ ਅਸੀਂ ਤਾਂ ਜੀ ਬਹੁਤ ਕਈ ਸਾਲਾਂ ਤੋਂ ਬੇਨਤੀ ਕਰਦੇ ਆ ਰਹੇ ਜੀ, ਮੈਨੇਜਰ ਸਾਹਿਬ ਨੂੰ ਵੀ ਮਿਲਦੇ ਹਾਂ ਜਾ ਕੇ, ਸਿੰਘ ਸਾਹਿਬ ਨੂੰ ਵੀ ਕਈ ਵਾਰ ਪਹਿਲਾਂ ਮਿਲੇ ਅਸੀਂ ਕਿ ਇੱਥੇ ਦੇ ਵੱਧ ਤੋਂ ਵੱਧ ਇੱਥੇ ਸਹਿਯੋਗ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਕੋਈ ਅਸੁਵਿਧਾ ਨਾ ਹੋਵੇ। ਸੰਗਤਾਂ ਦੇ ਵਾਸਤੇ ਰਹਿਣ ਦਾ ਵੀ ਚੰਗਾ ਬੰਦੋਬਸਤ ਹੋਣਾ ਚਾਹੀਦਾ, ਜਿਸ ਤਰ੍ਹਾਂ ਦੀਵਾਨ ਹਾਲ ਹੈ, ਦੀਵਾਨ ਹਾਲ ਦੇ ਉੱਪਰ ਐਸ ਜੀ ਪੀ ਸੀ ਰਹਿਣ ਵਾਸਤੇ ਕਮਰੇ ਤਿਆਰ ਕਰ ਸਕਦੇ ਜੀ। ਸੰਗਤਾਂ ਨੂੰ ਰਾਤ ਜਗਰ ਅਗਰ ਬਰਸਾਤ ਹੋ ਜਾਂਦੀ ਹੈ ਤਾਂ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਇਸ ਚੀਜ਼। ਅਸੀਂ ਐਸ ਜੀ ਪੀ ਸੀ ਨੂੰ ਤਾਂ ਇਹ ਬੇਨਤੀ ਕਰ ਸਕਦੇ ਹਾਂ ਕਿ ਇੱਥੇ ਕਮਰੇ ਬਣਾਏ ਜਾਣ ਤਾਂ ਕਿ ਸੰਗਤ ਨੂੰ ਕੋਈ ਇੱਥੇ ਵਿਆਹ ਪੁਰਬ ਦੇ ਉੱਤੇ ਤੰਗੀ ਨਾ ਆਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਜੋ ਗੱਲ ਹੈ ਲੰਗਰ ਦੀ ਜੀ, ਸਾਡਾ ਲੰਗਰ ਮਿੰਡ ਪੰਜਾਰੀ ਤੋਂ 1980 ਵਿੱਚ ਸ਼ੁਰੂ ਹੋਇਆ ਸੀ ਜੀ। ਪਹਿਲਾਂ ਛੋਟੇ ਕੰਮ ਤੋਂ ਸ਼ੁਰੂ ਹੋਇਆ ਸੀ ਜੀ ਅਤੇ ਫਿਰ ਹੌਲੀ ਹੌਲੀ ਕਰਕੇ ਵੱਧਦਾ 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 ਇਹ ਲੰਗਰ ਮਤਲਬ ਸਾਡਾ ਚੱਲਦਾ ਰਿਹਾ। ਬਿਲਡਿੰਗ ਦਾ ਵੀ ਕੰਮ ਅਸੀਂ ਨਾਲ ਨਾਲ ਸੰਗਤਾਂ ਦੇ ਸਹਿਯੋਗ ਨਾਲ ਵਧਾਉਂਦੇ ਰਹੇ ਅਤੇ ਲੰਗਰ ਦਾ ਵੀ ਉਸੇ ਤਰੀਕੇ ਨਾਲ ਕੰਮ ਸਾਡਾ ਵੱਧਦਾ ਗਿਆ ਜੀ। ਅਤੇ ਬਾਕੀ ਸਾਨੂੰ ਸਹਿਯੋਗ ਜੋ ਸਾਰੇ ਇਲਾਕੇ ਦੀ ਹੈ ਸੰਗਤ ਦਾ ਹੈ ਤਾਂ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਸਾਰੀ ਸੰਗਤ ਬੜੇ ਉਤਸ਼ਾਹ ਦੇ ਨਾਲ ਇਸੇ ਲੰਗਰ ਵਿੱਚ ਹਿੱਸਾ ਲੈਂਦੀ ਹੈ। ਅਤੇ ਦੂਰ ਦੁਰਾਡੇ ਤੋਂ ਜਿਹੜੀ ਸੰਗਤ ਆਉਂਦੀ ਹੈ ਜੀ, ਰਾਤ ਨੂੰ ਇੱਥੇ ਰਹਿਣ ਦਾ ਵੀ ਬੰਦੋਬਸਤ ਕੀਤਾ ਜਾਂਦਾ ਜਾਂ ਜਿਹਨਾਂ ਕੋਲ ਰਹਿਣ ਦਾ ਬੰਦੋਬਸਤ ਨਹੀਂ ਹੁੰਦਾ, ਔਰ ਸਾਰੀ ਸੰਗਤ ਨੂੰ ਪ੍ਰਸ਼ਾਦਾ ਵੀ ਬੜੇ ਸੱਜੇ ਢੰਗ ਨਾਲ ਛਕਾਇਆ ਜਾਂਦਾ ਜੀ।